ਅੱਜ ਦੀ ਕੋਠੀ ਬਹੁਤ ਵਧੀਆ ਏਰੀਆ ਦੇ ਵਿੱਚੋਂ ਆਪਾਂ ਲੈ ਕੇ ਆਏ ਹਾਂ ਜੀ ਪੱਕੀ ਰਜਿਸਟਰੀ ਹੈ ਮਾਲਕ ਜਾਂਦੇ ਆ ਜੀ ਵਾਰ ਤਾਂ ਕਰਕੇ ਸੇਲ ਕਰਨੀ ਹੈ ਵਧੀਆ ਰੇਟ ਦੇ ਵਿੱਚ ਵਧੀਆ ਕੋਠੀ ਦੇਖੋ ਤੁਸੀਂ ਵੀਡੀਓ ਕੋਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸਟਾਰਟ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਅੱਜ ਆਪਣੇ ਕੋਲੇ ਜਿਹੜੀ ਕੋਠੀ ਪਹੁੰਚੀ ਆ ਆਹ ਪੂਰੀ ਚੌੜੀ ਗਲੀ ਦੇ ਵਿੱਚ ਬਣੀ ਹੋਈ ਹੈ ਤੇ ਇਹਨਾਂ ਤੋਂ ਵੀਡੀਓ ਮੰਗਵਾਈ ਹੈ ਜੀ ਬਹੁਤ ਵਧੀਆ ਇਹਨਾਂ ਨੇ ਬਣਾ ਕੇ ਭੇਜੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਸੇਲ ਕਰਨੀ ਆਪਦੀ ਕੋਠੀ ਤਾਂ ਇਹੋ ਜੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਤੁਸੀਂ ਬਹੁਤ ਸਾਰੇ ਕਮੈਂਟ ਕਰਦੇ ਹੋ ਨਿਓ ਜੀ ਵੀ ਕਹਿੰਦੇ ਹੋ ਨਿਓ ਸਾਨੂੰ ਬਾਹਰੋਂ ਜੋ ਵੀ ਗੱਡੀ ਕੋਠੀ ਨੂੰ ਲੱਗਦੀ ਹੁੰਦੀ ਆ ਤੇ ਫਰੰਟ ਕੋਠੀ ਦਾ ਦੇਖਣ ਨੂੰ ਨਹੀਂ ਮਿਲਦਾ ਅੱਜ ਤੁਸੀਂ ਸਾਰਾ ਕੁਝ ਦੇਖੋ ਗਲੀ ਵੀ ਦੇਖੋ ਤੇ ਫਰੰਟ ਵੀ ਦੇਖੋ ਆਰਾਮ ਨਾਲ ਪੂਰੀ ਵੱਡੀ ਤੋਂ ਵੱਡੀ ਆਪਣੀ ਜਿਹੜੀ ਗੱਡੀ ਹੁੰਦੀ ਆ ਆਰਾਮ ਨਾਲ ਆਜੂਗੀ ਤੇ ਅੰਦਰ ਵੀ ਕੋਠੀ ਦੇ ਲੱਗ ਜਾਊਗੀ ਜੀ ਸਾਹਮਣੇ ਪੋਰਚ ਏਰੀਆ ਤੇ ਕੋਠੀ ਨਮੀ ਬਣੀ ਆ ਤੇ ਸੇਲ ਕਰਨ ਦਾ ਕਾਰਨ ਆਹੀ ਹੈ ਕਿ ਇਹਨਾਂ ਨੇ ਜਾਣਿਆ ਜੀ ਵਾਰਾ ਕੋਠੀ ਨਮੀ ਤਿਆਰ ਹੋਈ ਹੈ ਤੇ ਕੋਠੀ ਦਾ ਕਾਫੀ ਕੰਮ ਹਲੇ ਤੱਕ ਕਰਵਾਉਣ ਵਾਲਾ ਪਿਆਗਾ ਕੀ ਕੁਝ ਕੰਮ ਕਰਾਉਣ ਵਾਲਾ ਪਿਆ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦਾ ਰਹਾਂਗਾ ਜੀ ਬਿਲਕੁਲ ਸਾਹਮਣੇ ਆਪਣਾ ਲੋਬੀ ਦਾ ਮੇਨ ਐਂਟਰਸ ਆ ਗਿਆ ਜੀ ਜਿਹੜਾ ਮੇਨ ਐਂਟਰਸ ਹੈ ਲੋਬੀ ਦਾ ਗੇਟ ਇਹਨਾਂ ਨੇ ਲਗਵਾਇਆ ਹੋਇਆ ਬਿਲਕੁਲ ਸਾਹਮਣੇ ਲੋਬੀ ਹੈ ਜੀ ਸਾਹਮਣੇ ਆਪਣੇ ਬੈਡਰੂਮ ਵਗੈਰਾ ਆ ਗਏ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਇੱਕ ਪਾਸੇ ਡਰਾਈੰਗ ਰੂਮ ਹੈ ਇੱਕ ਪਾਸੇ ਬੈਡਰੂਮ ਹੈ ਤੇ ਜਿਹੜਾ ਲੋਬੀ ਦਾ ਮੇਨ ਗੇਟ ਹੈ ਬਿਲਕੁਲ ਇਹਦੇ ਨਾਲ ਆਪਾਂ ਨੂੰ ਅਟੈਚ ਦੇਖਣ ਨੂੰ ਮਿਲੂਗਾ ਓਪਨ ਕਿਚਨ ਗੇਟ ਇਹਨਾਂ ਨੇ ਉੱਪਰ ਨਾ ਰੱਖਿਆ ਹੋਇਆ ਤੇ ਕਿਚਨ ਦੇ ਅੰਦਰ ਤੋਂ ਨੂੰ ਮੈਂ ਲੈ ਕੇ ਚੱਲਦਾ ਹਾਂ ਦੇਖੋ ਜੀ ਆਸੇ ਪਾਸੇ ਜਿਹੜੀਆਂ ਟਾਈਲਾਂ ਲੱਗਣੀਆਂ ਹੁੰਦੀਆਂ ਕੰਦਾ ਤੇ ਉਹ ਲੱਗਣ ਵਾਲੀਆਂ ਪਈਆਂ ਤੇ ਇੱਕ ਪਾਸੇ ਜਿਹੜੀ ਵਿੰਡੋ ਬਣੀ ਹੋਈ ਆ ਉਹ 'ਚ ਤਾਕੀਆਂ ਵਗੈਰਾ ਨਹੀਂ ਲੱਗੀਆਂ ਜੀ ਉਹ ਵੀ ਲਗਵਾਉਣ ਵਾਲੀਆਂ ਪਈਆਂ ਤੇ ਆਪਣਾ ਆ ਗਿਆ ਜੀ ਆ ਪੂਜਾ ਰੂਮ ਤੇ ਪੂਜਾ ਰੂਮ 'ਚ ਵੀ ਕੰਮ ਪਿਆਗਾ ਪੱਥਰ ਲੱਗਣ ਵਾਲਾ ਪਿਆ ਤੇ ਜੋ ਵੀ ਟਾਈਲਾਂ ਲੱਗਣੀਆਂ ਹੁੰਦੀਆਂ ਸਾਰੀਆਂ ਪਈਆਂ ਚੀ ਕੋਠੀ ਇਹਨਾਂ ਨੇ ਤਿਆਰ ਕਰਵਾਉਣੀ ਸੀਗੀ ਬਸ ਮੌਕੇ ਤੇ ਪਲਾਨ ਬਣ ਗਿਆ ਬਾਹਰ ਦਾ ਤਾਂ ਕਰਕੇ ਇਹਨਾਂ ਨੇ ਸੇਲ ਕਰਨੀ ਹੈ ਤੇ ਜਲਦੀ ਸੇਲ ਕਰਨੀ ਹੈ ਕੋਠੀ ਆਪਦੇ ਵਾਸਤੇ ਇਹਨਾਂ ਨੇ ਬਣਵਾਈ ਸੀਗੀ ਰਿਹਾਇਸ਼ੀ ਕੋਠੀ ਆ ਜੀ ਮਾਲਕ ਆਪ ਖੁਦ ਰਹਿੰਦੇ ਆ ਜੀ ਤੇ ਆ ਤੁਸੀਂ ਬੈੱਡਰੂਮ ਦੇਖ ਰਹੇ ਹੋ ਤੇ ਇਹਨਾਂ ਨੇ ਬੈੱਡਰੂਮ ਦੇ ਅਟੈਚ ਇੱਕ ਚੀਜ਼ ਬਣਾਈ ਹੋਈ ਆ ਉਹ ਮੈਨੂੰ ਪਤਾ ਨਹੀਂ ਵੀ ਬਾਥਰੂਮ ਹੈ ਜਾਂ ਇੱਕ ਪਾਸੇ ਇਹਨਾਂ ਨੇ ਜਗ੍ਹਾ ਰੱਖੀ ਹੋਈ ਹੈ ਜੀ ਉਹ ਤੁਸੀਂ ਦੇਖ ਲਓ ਤੇ ਕੋਠੀ ਦਾ ਕੰਮ ਪਿਆ ਜੀ ਜਿਵੇਂ ਕਿ ਤੁਸੀਂ ਬੈਡਰੂਮ ਦੇਖ ਰਹੇ ਹੋ ਇਹਦੇ ਵਿੱਚ ਜੋ ਵੀ ਸਵਿਚਸ ਵਗੈਰਾ ਨੇ ਲਾਈਟਿੰਗ ਦਾ ਕੰਮ ਹੈ ਉਹ ਪਿਆ ਜੀ ਇਹਨਾਂ ਨੇ ਮੇਨ ਮੇਨ ਥਾਮਾ ਤੇ ਲਾਈਟਿੰਗ ਦਾ ਕੰਮ ਕਰਵਾਇਆਗਾ ਬਾਕੀ ਪਿਆਗਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਆ ਇਹਨਾਂ ਨੇ ਡਰਾਇੰਗ ਰੂਮ ਬਣਾ ਰੱਖਿਆਗਾ ਸੋਫੇ ਪਾਇਆ ਤੇ ਇਹਦੇ ਵਿੱਚ ਵੀ ਲਾਈਟਿੰਗ ਦਾ ਕੰਮ ਪਿਆ ਹਲੇ ਜੀ ਤੇ ਜਿਹੜਾ ਡਰਾਇੰਗ ਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰ ਰੂਮ ਦੇਖਣ ਨੂੰ ਮਿਲੂਗਾ ਸਟੋਰ ਰੂਮ ਵੀ ਕਾਫੀ ਵੱਡਾ ਇਹਨਾਂ ਨੇ ਬਣਵਾਇਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਨਾ ਕਾਫੀ ਪੇਟੀਆਂ ਪਈਆਂ ਕਾਫੀ ਲੰਮਾ ਚੌੜਾ ਡਰਾਇੰਗ ਰੂਮ ਹੈ ਆ ਸੋਰੀ ਡਰਾਇੰਗ ਰੂਮ ਨਹੀਂ ਸਟੋਰ ਰੂਮ ਹੈ ਡਰਾਇੰਗ ਰੂਮ ਦੇ ਨਾਲ ਅਟੈਚਿੰਗ ਤੇ ਜੋੜੀਆਂ ਦਾ ਕੰਮ ਵੀ ਪਿਆ ਜੀ ਹਲੇ ਤੇ ਨੀਚੇ ਇਹਨਾਂ ਨੇ ਫਰਸ਼ ਸਿਮੈਂਟ ਵਾਲਾ ਬਣਵਾਇਆ ਹੋਇਆ ਬਾਕੀ ਜਿਹੜੀ ਲੋਬੀ ਆ ਲੋਬੀ ਦੇ ਅੰਦਰੋਂ ਹੀ ਉੱਪਰ ਨੂੰ ਪੌੜੀਆਂ ਜਾਂਦੀਆਂ ਜੀ ਉੱਪਰੋਂ ਛੱਤ ਤਾਂ ਇਹਨਾਂ ਨੇ ਪੱਕੀ ਵਗੈਰਾ ਕਰਵਾਈ ਹੋਈ ਆ ਤੇ ਪੌੜੀਆਂ ਵਧੀਆ ਪੌੜੀਆਂ ਤੇ ਗ੍ਰਿਲ ਲੱਗਣ ਵਾਲੀ ਹਲੇ ਪਈ ਆ ਤੇ ਕੋਠੀ ਜਿਹੜੀ ਇਹਨਾਂ ਨੇ ਪਲਾਸਟਰ ਸਾਰੀ ਕਰਵਾਈ ਹੋਈ ਹੈ 컬러 ਵਗੈਰਾ ਜੋ ਵੀ ਕਰਵਾਉਣੀ ਹੈ ਆਪਾਂ ਨੂੰ ਖਰੀਦ ਕੇ ਕਰਵਾਉਣੀ ਪਊਗੀ ਤੇ ਜੋ ਵੀ ਕੰਮ ਵਗੈਰਾ ਰਹਿੰਦਾ ਹੈ ਉਹ ਆਪਾਂ ਨੂੰ ਕਰਵਾਉਣਾ ਪੈਣਾ ਚੀ ਬਾਕੀ ਇੱਕ ਪਾਸੇ ਆ ਗਿਆ ਜੀ ਬਾਥਰੂਮ ਬਾਥਰੂਮ ਦੀ ਵੀ ਜੋੜੀ ਨਹੀਂ ਲੱਗੀ ਹੋਈ ਤੇ ਜਿਹੜਾ ਵੀ ਕੰਮ ਹੋਇਆ ਜਿਵੇਂ ਕਿ ਟੂਟੀ ਲੱਗੀ ਹੋਈ ਹੈ ਉਹ ਵੀ ਇਹਨਾਂ ਨੇ ਪਲਾਸਟਿਕ ਵਾਲੀ ਲਗਵਾਈ ਹੋਈ ਹੈ ਉਹ ਆਪਾਂ ਨੂੰ ਖਰੀਦ ਕੇ ਕੋਠੀ ਆਪਾਂ ਕੰਮ ਕਰਾਉਣਾ ਪਊਗਾ ਜੀ ਤੇ ਕੋਠੀ ਆਪਣੇ ਕੋਲੇ ਪਟਿਆਲੇ ਏਰੀਆ ਚ ਪਹੁੰਚੀ ਆ ਆਪਣੇ ਕੋਲੇ ਕਮੈਂਟ ਸੈਕਸ਼ਨ ਭਰੇ ਪਏ ਆ ਜਿਵੇਂ ਜੀ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਅਗਲੀ ਵੀਡੀਓ ਕਿਹੜੇ ਏਰੀਆ ਚ ਚਾਹੀਦੀ ਹੈ ਤੁਸੀਂ ਕਮੈਂਟ ਕੀਤੇ ਜੀ ਐਨੇ ਜ਼ਿਆਦਾ ਕਮੈਂਟ ਕੀਤੇ ਪਟਿਆਲੇ ਸਾਈਡ ਤੋਂ ਤੇ ਮੈਨੂੰ ਪਟਿਆਲੇ ਤੋਂ ਹੀ ਕੋਠੀ ਲੱਭ ਕੇ ਲਿਉਣੀ ਪਈ ਜੀ ਆਹਾ ਕੋਠੀ ਪਟਿਆਲੇ ਏਰੀਆ ਚ ਵਹ ਤੇ ਮਾਲਕ ਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਇਹਦੇ ਵਿੱਚ ਦੋ ਤਾਂ ਬੈੱਡਰੂਮ ਬਣੇ ਹੋਏ ਆ ਜੀ ਪੂਰੇ ਵਧੀਆ ਬੈੱਡਰੂਮ ਇਹਨਾਂ ਨੇ ਬਣਵਾਏ ਹੋਏ ਆ ਤੇ ਇਹਦਾ ਸਾਈਜ਼ ਹੈ 29x48 ਇੱਕ ਆਪ ਨੂੰ ਡਰਾਈング ਰੂਮ ਸਟੋਰ ਰੂਮ ਪੋਰਚ एरिया ਬਾਲਕਨੀ ਤੇ ਇੱਕ ਗੱਲ ਹੋਰ ਜੀ ਜਿਹੜੀ ਕੋਠੀ ਦੀ ਰਜਿਸਟਰੀ ਆ ਉਹ ਪੱਕੀ ਹੋਈ ਆ ਤੇ ਸਾਰੇ ਕਾਗਜ਼ ਜਿੰਨੇ ਵੀ ਹੁੰਦੇ ਆ ਕੋਠੀ ਦੇ ਰਜਿਸਟਰੀ ਦੇ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਮਾਲਕਾਂ ਕੋਲੇ ਹੈਗੇ ਆ ਤੇ ਕਿਚਨ ਤੇ ਲੋਬੀ ਵਗੈਰਾ ਛੀ ਆ ਕੁਝ ਆਪਣੇ ਕੋਲੇ ਜਾਣਕਾਰੀ ਮਾਲਕ ਨੇ ਭੇਜੀ ਆ ਆ ਕੁਝ ਬਣਿਆ ਹੋਇਆ ਤੇ ਜ ਜਿਹੜੀ ਡਿਮਾਂਡ ਹੈ ਕੋਠੀ ਦੀ ਉਹ ਆਪਣੇ ਕੋਲੇ ਪਹੁੰਚੀ ਆ 18 ਲੱਖ ਰੁਪਈਆ ਚ 18 ਲੱਖ ਰੇਟ ਚ ਨਾਲ ਨੇ ਸੇਲ ਕਰਨੀ ਐ ਤੇ ਬਾਹਰ ਜਾਣਾ ਬਸ ਤਾਂ ਕਰਕੇ ਸੇਲ ਕਰਨੀ ਐ ਤੇ ਨੰਬਰ ਕਰ ਲਓ ਜੀ ਨੋਟ ਓਨਰ ਦਾ 9815509918 ਆ ਮਾਲਕ ਦਾ ਨੰਬਰ ਹੈ ਇਹਨਾਂ ਨੂੰ ਇਸੇ ਨੰਬਰ ਤੇ ਫੋਨ ਕਰਕੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਲੈ ਲਿਓ ਤੇ ਗੱਲਬਾਤ ਕਰਕੇ ਜਾ ਕੇ ਦੇਖ ਕੇ ਆਪਦੀ ਪੁੱਛ ਪੜਤਾਲ ਕਰਕੇ ਪੂਰੀ ਤੇ ਕੋਠੀਏ ਜਿਹੜੀ ਆਖਰੀ ਸਕਦਾ ਜੀ ਤੇ ਤੁਸੀਂ ਬਹੁਤ ਸਾਰੇ ਕਮੈਂਟ ਕੀਤੇ ਸੀਗੇ ਪਟਿਆਲ ਏਰੀਆ ਚ ਬਹੁਤ ਸਾਰੇ ਕਮੈਂਟ ਵੀ ਪਾਈ ਸੀਗੇ ਤੇ ਜੋ ਤੁਹਾਨੂੰ ਕਮੈਂਟ ਮੈਂ ਸਕਰੀਨ ਤੇ ਦੇ ਵੀ ਦਿੱਤੇ ਸੀਗੇ ਪਿੱਛੇ ਤੁਸੀਂ ਦੇਖੇ ਹੋਣਗੇ ਸਾਰੇ ਜੀ ਠੀਕ ਹੈ ਜੀ ਬਾਕੀ ਕੋਠੀ ਦੀ ਵੀਡੀਓ ਸਾਰੀ ਤੁਸੀਂ ਦੇਖ ਹੀ ਲਈ ਹੋਣਾ ਇਹ ਕੋਠੀ ਤਾਂ ਆਪਣੀ ਜਿਹੜੀ ਸੀਗੀ ਪਟਿਆਲੇ ਏਰੀਆ ਚ ਪਹੁੰਚੀ ਸੀਗੀ ਤੇ ਜਿਹੜੀ ਹੁਣ ਕੱਲ ਨੂੰ ਆਪਾਂ ਵੀਡੀਓ ਲੈ ਕੇ ਆਵਾਂਗੇ ਅਗਲੀ ਉਹ ਤੁਹਾਨੂੰ ਕਿਹੜੇ ਏਰੀਆ ਚ ਚਾਹੀਦੀ ਆ ਕਿਸ ਏਰੀਆ ਚ ਤੁਸੀਂ ਦੇਖਣਾ ਪਸੰਦ ਕਰਦੇ ਹੋ ਜੀ ਕਿਹੜੇ ਏਰੀਆ ਚ ਤੁਸੀਂ ਦੇਖ ਰਹੇ ਹੋ ਕਮੈਂਟ ਕਰਿਓ ਆਪਾਂ ਨੂੰ ਜ਼ਰੂਰ ਤੇ ਜਿਹੜੇ ਏਰੀਆ 'ਚ ਤੁਸੀਂ ਕਮੈਂਟ ਕਰੋਗੇ ਜ਼ਿਆਦਾ ਉਸ ਏਰੀਆ 'ਚੋਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਪਾਂ ਪਹੁੰਚ ਜਾਵਾਂਗੇ ਜੀ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਥੋੜੇ ਜਿਹਾ ਕਮੈਂਟ ਦੱਸਣੇ ਚਾਹੁੰ ਮ ਹਾਂ ਜੀ ਕਿਉਂਕਿ ਬਹੁਤ ਸਾਰੇ ਕਮੈਂਟ ਆਪਣੇ ਕੋਲੇ ਆਏ ਹੋਏ ਆ ਅਲੱਗ-ਅਲੱਗ ਸ਼ਹਿਰ ਅਲੱਗ-ਅਲੱਗ ਪਿੰਡ ਤੋਂ ਸਭ ਤੋਂ ਪਹਿਲਾ ਕਮੈਂਟ ਆਪਣੇ ਕੋਲੇ ਭੁਪਿੰਦਰ ਕੌਰ ਦਾ ਪਹੁੰਚਿਆ ਕਹਿੰਦੇ bro ਅੰਮ੍ਰਿਤਸਰ ਵਿੱਚ 12 ਲੱਖ ਤੱਕ ਘਰ ਮਿਲ ਜਾਏਗਾ ਆ ਮੇਰੀ ਵੱਡੀ ਭੈਣ ਕੋਈ ਗੱਲ ਨੇ ਤੁਸੀਂ ਕਮੈਂਟ ਕੀਤਾ ਫਰਮੇਸ਼ ਪਾਈ ਅੰਮ੍ਰਿਤਸਰ ਤੋਂ ਜਲਦੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਾਂਗੇ ਫਿਲਹਾਲ ਆਪਣੇ ਕੋਲੇ ਆਇਆ ਤਾਂ ਨਹੀਂ ਹੋਇਆ ਬਾਕੀ ਵੀਡੀਓ ਵਿੱਚ ਕਹਿ ਦਿੰਨੇ ਆ ਜੀ ਜਿੰਨਾ ਕੋਲੇ ਅੰਮ੍ਰਿਤਸਰ ਏਰੀਆ ਚੋਂ ਵੇਚਣ ਵਾਸਤੇ ਕੋਈ ਵੀ ਘਰ ਹੈ ਕੋਠੀਆਂ ਮਕਾਨ ਹੈ ਕਿਹੋ ਜਿਹੀ ਵੀ ਆ ਆਪਣੇ ਕੋਲੇ ਭੇਜੋ ਜੀ ਫਰਮੇਸ਼ ਬਹੁਤ ساری ਆਪਣੇ ਕੋਲੇ ਪਹੁੰਚੀ ਹੋਈ ਹੈ ਤੇ ਅੱਗੇ ਆਪਣੇ ਕੋਲੇ ਅਮਨਦੀਪ ਕੌਰ ਕਹਿੰਦੇ ਆ ਲੁਧਿਆਣੇ ਵਿੱਚ ਹੋਵੇ ਕੋਈ ਗੱਲ ਨਹੀਂ ਮੇਰੇ ਭੈਣ ਜਲਦੀ ਆਪਾਂ ਤੁਹਾਡੇ ਵਾਸਤੇ ਲੁਧਿਆਣੇ ਏਰੀਆ ਚੋਂ ਵੀ ਲੈ ਕੇ ਪਹੁੰਚਾਂਗੇ ਤੇ ਅਗਲਾ ਆਪਣੇ ਕੋਲੇ ਪਰਮਜੀਤ ਸਿੰਘ ਕਹਿੰਦੇ ਆ ਗੋਬਿੰਦਵਾਲ ਸਾਹਿਬ ਆ ਕੋਈ ਗੱਲ ਨਹੀਂ ਜੀ ਇਸ ਏਰੀਆ ਚ ਵੀ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਜੀ ਤੇ ਅਗਲਾ ਕਮੈਂਟ ਆ ਜੀ ਆਪਣੇ ਕੋਲੇ ਅਵਤਾਰ ਸੰਧੂ ਕਹਿੰਦੇ ਆ ਰਵੀਵੀਰ ਜੀ ਸਤਿ ਸ੍ਰੀ ਅਕਾਲ ਜੀ ਕੋਠੀ ਬਹੁਤ ਸੋਹਣੀ ਹੈ ਹਾਂਜੀ ਭਾਜੀ ਕੋਠੀ ਤਾਂ ਬਹੁਤ ਵਧੀਆ ਇਹਨਾਂ ਨੇ ਬਣਾਈ ਹੋਈ ਆ ਬਾਕੀ ਤੁਹਾਨੂੰ ਵਧੀਆ ਲੱਗੀ ਤਾਂ ਵਧੀਆ ਗੱਲ ਹੈ ਜੀ ਬਾਕੀ ਕੋਠੀ ਵੀ ਸੋਹਣੀ ਇਹਨਾਂ ਨੇ ਬਣਵਾਈ ਹੋਈ ਆ ਤੇ ਸੁਸ਼ਮਾ ਕੋਰ ਕਹਿੰਦੇ ਮੇਰੀ ਭੈਣ ਵੀਰ ਜੀ ਤਰਨ ਤਰਨ ਵਿੱਚ 15 ਤੋਂ 16 ਲੱਖ ਦੇ ਵਿੱਚ ਕੋਠੀ ਦੱਸੋ ਜੀ ਅ ਤਰਨ ਤਰਨ ਏਰੀਆ ਚੋਂ ਕੋਈ ਗੱਲ ਨਹੀਂ ਆਪਾਂ ਲੱਭ ਕੇ ਲਿਆਉਣੀ ਹੈ ਜੀ ਕੋਈ ਤੇ ਬਹੁਤ ਸਾਰੇ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚ ਕਮੰਡ ਆਏ ਹੋਏ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਕਿਸੇ ਵੀ ਪਿੰਡ ਜਾਂ ਸ਼ਹਿਰ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਹੈਗੀ ਕੋਠੀ ਘਰ ਮਕਾਨ ਜੋ ਵੀ ਆਪਣੇ ਕੋਲੇ ਭੇਜੋ ਜੀ ਨਾਲ ਦੀ ਨਾਲ ਤੁਹਾਡੀ ਕੋਠੀ ਹੈ ਜਿਹੜੀ ਸੇਲ ਹੋ ਜੂਗੀ ਕਿਉਂਕਿ ਹਰ ਏਰੀਆ ਚ ਮੰਗ ਆਪਣੇ ਕੋਲੇ ਪਹੁੰਚੀ ਹੋਈ ਹੈ ਜੀ ਬਾਕੀ ਕੂਠੀਆਂ ਦੀ ਆਪਾਂ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹੇ ਨੇ ਹਾਂ ਤੇ ਕੋਠੀ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਵੱਤ-ਵੱਤ ਲਾਈਕ ਕਰਦਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖਦੇ ਹੋ ਤੇ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਤੇ ਆਪਣਾ ਇੰਸਟਾਗ੍ਰam ਦਾ ਅਕਾਊਂਟ ਵੀ ਆ ਲਿੰਕ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਨਾਮ ਵੀ ਆਪਾਂ ਸਕਰੀਨ ਤੇ ਲਿਖ ਕੇ ਲਾ ਰੱਖਿਆ ਜੇ ਤੁਸੀਂ ਇੰਸਟਾਗ੍ਰam ਤੇ ਜਾ ਕੇ ਸਿੱਧਾ ਸਰਚ ਕਰਨਾ ਹੋਵੇ ਛੋਟੇ ਅੱਖਰਾਂ 'ਚ ਆਪਣੇ ਚੈਨਲ ਦੇ ਨਾਮ ਤੋਂ ਇੰਸਟਾਗ੍ਰam ਆਪਣਾ ਅਕਾਊਂਟ ਹੈ ਹੋਮ ਸੇਲ ਮਾਰਕੀਟਰ ਕਠਾ ਕਰਕੇ ਸਾਰਾ ਲਿਖ ਦਿਓ ਪਹਿਲੇ ਨੰਬਰ ਤੇ ਆਊਗਾ ਉਹਨੂੰ ਫੋਲੋ ਜ਼ਰੂਰ ਕਰ ਲਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੋਠੀ ਆ ਤੁਹਾਡੇ ਰਿਸ਼ਤੇਦਾਰ ਕੋਲੇ ਆ ਚਾਹੇ ਕਿੰਨੀ ਮਰਜੀ ਵੱਡੀ ਬਣੀ ਹੋਈ ਆ ਚਾਹੇ ਛੋਟੀ ਬਣੀ ਹੋਈ ਆ ਬਸ ਆਪਣੇ ਕੋਲੇ ਭੇਜਿਆ ਕਰੋ ਤੇ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਬਿਨਾ ਕਿਸੇ ਫੀਸ ਤੋਂ ਉਹ ਜਲਦੀ ਜਿਹੜੀ ਐਡ ਆਪਾਂ ਤੁਹਾਡੀ ਲਗਾ ਦਾਂਗੇ ਤੇ ਉਹ ਜਲਦ ਸੇਲ ਵੀ ਹੋ ਜਾਊਗੀ ਆਪਣਾ ਫਰੀਦ ਵਿੱਚ ਸਾਰਾ ਕੰਮ ਹੈ ਤੁਸੀਂ बस ਭੇਜਣ ਵਾਲੇ ਬਣੋ ਤੇ ਅਡਾਪਾ ਜਲਦੀ ਲਗਾ ਦਾਂਗੇ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ। ਠੀਕ ਹੈ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ।